ਸਾਰਿਆਂ ਨੂੰ ਜੀ ਹੱਥ ਜੋੜ ਕੇ ਮਤਲਬ ਹੱਥ ਖੋਲ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਦੇਖੋ ਕਿੰਨੀ ਸੋਹਣੀ ਧੁੱਪ ਨਿਕਲੀ ਆ ਨਗਰ ਕੀਰਤਨ, ਪਰ ਅਸੀਂ ਇੱਕ ਗਾਣਾ ਵੀਡੀਓ ਸ਼ੂਟ ਕਰਨ ਜਾ ਰਹੇ ਹਾਂ। ਦੇਖੋ ਸਾਨੂੰ ਕੁਛ ਨਹੀਂ ਪਤਾ ਹੈਗਾ ਕਿਵੇਂ ਸ਼ੂਟ ਕਰਨਾ ਵਾ, ਅਤੇ ਸ਼ੂਟ ਕਰਨ ਲਈ ਸਭ ਤੋਂ ਇੰਪੋਰਟੈਂਟ ਚੀਜ਼ ਪਹਿਲੀ ਆ ਕਿ ਆਪਾਂ ਨੂੰ ਕੈਮਰਾਮੈਨ ਚਾਹੀਦਾ ਵਾ। ਤੁਸੀਂ ਗੈਸ ਕਰੋ ਵੀ ਕੈਮਰਾਮੈਨ ਕਿਹੜਾ ਹੋਊਗਾ। ਧੁੱਪ ਪਈ ਆ, ਧੁੱਪ ਪਈ। ਇੱਕ ਦੂਜੀ ਚਾਹੀਦੀ ਹੁੰਦੀ ਆ ਲਾਈਟਿੰਗ, ਲਾਈਟਿੰਗ ਆਪਣੇ ਕੋਲ ਹੈ ਨਹੀਂ, ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੈਮਰਾਮੈਨ ਫਾਈਂਡ ਆਊਟ ਕਰੀਏ। ਗੈਸ ਕੀਤਾ ਤੁਸੀਂ ਕਿਹੜਾ ਕੈਮਰਾਮੈਨ, ਕੈਮਰਾਮੈਨ ਕਿੱਥੇ ਆ ਕੈਮਰਾਮੈਨ? ਪਹਿਲਾਂ ਬਹੁਤ ਵਾਰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਆਈ ਨੀ ਲੋਟ, ਪਰ ਅੱਜ ਤੱਕ ਕਰਨੀ ਪੈਣੀ ਆ। ਚਲੋ ਸ਼ੁਰੂ ਕਰਦੇ ਆ, ਟਾਈਮ ਘੱਟ ਆ। ਸੋ ਜੀ ਸ਼ੂਟ ਆਪਣਾ ਜਾ ਰਹੀ ਆ ਪਹਿਲੀ ਲੋਕੇਸ਼ਨ ਦੇ ਵਿੱਚ। ਕੱਪੜੇ ਕੁੱਪੜੇ ਪਾ ਲਏ, ਦੋਨੇ ਚੀਜ਼ਾਂ ਆਪਣੇ ਕੋਲ ਪੂਰੀਆਂ ਨੇ। ਕੈਮਰਾ ਦੇਖੋ ਤੁਸੀਂ, ਪੂਰਾ ਕਾਲਾ। ਤੇ ਆਪਣੇ ਕੋਲ ਲਾਈਟਾਂ ਬਹੁਤ ਵਧੀਆ ਬਾਹਰੋਂ ਮੰਗਾਈਆਂ ਗਈਆਂ ਨੇ, ਦੂਜੇ ਪਲੈਨਟ ਤੋਂ। ਸਨ ਆਪਣੀ ਲਾਈਟ ਆ, ਪੰਗੇ ਲੈ ਰਿਹਾ ਹੁਣ। ਵੇਟ ਕਰੋ ਬਸ, ਵੇਟ ਕਰੋ, ਉਹ ਤਾਂ ਗਾਣਾ ਦਾ ਹੋ ਜਾਣਾ। ਬਾਕੀ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਵਾਂਗੇ ਕਿੱਦਾਂ ਕਿੱਦਾਂ। ਬੜੇ ਗੱਲਾਂ ਨੀ ਬਣਦੀਆਂ, ਪੈਸੇ ਤੇ ਲਿਆਓ, ਕੈਮਰਾਮੈਨ ਔਖ ਹੋ ਜਾਂਦਾ। ਬਾਕੀ ਦੱਸਣਾ ਨੀ ਹਲੇ ਕਿੰਨਾ ਜਾਣਦਾ। Oh my God, ਇੰਨੇ ਸੋਹਣੇ ਚਿਹਰੇ, ਗੋਰੀਆਂ ਭੱਜਣ ਲੱਗੇ ਸਾਨੂੰ ਦੇਖ ਕੇ। ਉਹ ਮਤਲਬ ਗਰਾਊਂਡ ਆ, ਵੈਸੇ ਭੱਜ ਰਹੀਆਂ, ਅਸੀਂ ਸਾਫ ਹੀ ਨਹੀਂ ਕੁਛ ਕੀਤਾ ਹੈਗਾ। ਅਤੇ ਆਪਣਾ ਉਰੇ ਸ਼ੂਟ ਪੂਰਾ ਹੋ ਗਿਆ, ਘਰ ਤਾਂ ਅਸੀਂ ਦੋਨੇ ਜਾਣੇ ਲੱਗੇ ਹੋਏ ਹਾਂ। ਦੇਖੋ ਕੀ ਪ੍ਰੋਡਕਟ ਫਾਈਨਲ ਤੁਹਾਨੂੰ ਕੁਛ ਹੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ, ਅਤੇ ਸ਼ੂਟ ਹੋ ਗਿਆ ਪੂਰਾ। ਮਤਲਬ ਆਪਾਂ ਇੱਕ ਚੀਜ਼ ਕਹਿ ਦਿੰਦੇ ਵੀ, ਜਿਹੜੇ ਕਹਿੰਦੇ ਨੇ 2-2 ਲੱਖ 3-3 ਲੱਖ ਵੀਡੀਓ 'ਤੇ ਲੱਗਦਾ ਆਪਾਂ, ਉਹ ਚੀਜ਼ ਦੇਖਦੇ ਹਾਂ ਵੀ ਕਿੰਨਾ ਕੁ ਲੱਗਦਾ। ਅਸੀਂ ਤਾਂ ਕੁਛ ਨਹੀਂ ਲਾ ਰਹੇ, ਜਿਹੜਾ ਸਾਡੇ ਕੋਲ ਇਕਵਿਪਮੈਂਟ ਸੀਗਾ ਉਹਦੇ ਨਾਲ ਅਸੀਂ ਹੈਲੋ ਸ਼ੂਟ ਕਰ ਰਹੇ ਹਾਂ। ਕਿਹਦਾ ਫੋਨ ਆ ਗਿਆ? ਹਾਂ ਮੁੰਡੇ ਦਾ ਯਾਰ, ਮਾਸੀ ਦੇਖ ਲਾ। ਹਾਂਜੀ ਮਾਗਰ ਸਾਹਿਬ, ਕੀ ਸਟੇਟਸ ਆ ਫਿਰ ਹੁਣ? ਸਟੇਟਸ ਆਇਆ ਵੀ ਆਪਾਂ ਟੌਰ ਕੱਢ ਲਈ, ਆਪਣਾ ਮੇਕਅਪ ਮੈਨ ਹੈਗਾ ਕੋਈ ਵੀ ਨਹੀਂ, ਤੇ ਹੁਣ ਆਪਾਂ ਟ੍ਰਾਂਟੋ ਜਾਣ ਲੱਗਿਆ ਜੀ। ਲੋਕਾਂ ਨੇ ਤਾਂ ਕੁਛ ਨਹੀਂ ਖਾਧਾ ਹੈਗਾ, ਉਰੋਂ ਆਪਾਂ ਮਤਲਬ ਸਿੰਕ ਸ਼ਾਟ ਲੈਣੇ। ਅੱਜ ਦਾ ਟਾਰਗੇਟ ਇਹ ਸੀ ਵੀ ਜਿਹੜੇ ਬੋਲਦੇ ਨੇ ਉਹਦੇ ਗਾਣਿਆਂ 'ਚ ਵਿੱਚ ਵਿੱਚ ਸਟੋਰੀ ਲਾਈਨ ਐਡ ਹੋ ਕੇ ਅਤੇ ਫੇਰ ਸ਼ੂਟ ਕਰਾਂਗੇ, ਤਾਂ ਜੇ ਅਸੀਂ ਬਾਹਲੇ ਸਿੰਕ ਸ਼ਾਟ ਲੈ ਰਹੇ ਹਾਂ, ਬਾਹਲੇ ਸਾਨੂੰ ਪਤਾ ਨਹੀਂ ਚਾਹੀਦਾ ਕਿ ਨਹੀਂ। ਅਤੇ ਹੁਣ ਆਪਾਂ ਕੱਪੜੇ ਚੇਂਜ ਕਰ ਲਏ, ਪੈਂਟ ਇੰਨੀ ਕੁ ਟਾਈਟ ਆ ਵੀ ਬਸ ਗੱਲਾਂ ਕਰ, ਮੈਂ ਨਹੀਂ ਮੋਟਾ ਮਤਲਬ ਪੈਂਟ ਟਾਈਟ ਆ, ਸਮਝ ਕੇ ਤੁਸੀਂ। ਅਤੇ ਆਪਾਂ ਹੁਣ ਸਮਾਨ ਪੈਕ ਕਰ ਲਿਆ, ਟਰਾਂਟੋ ਚੱਲੀਏ, ਅਤੇ ਆਜੋ 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 ਚਲੋ। ਲੋਕੀ ਸੱਟਣੇ ਨੂੰ ਲਾਉਂਦੇ ਨੇ ਸਕੀਮਾਂ, ਪਰ ਬਾਜਾ ਵਾਲਾ ਸਿੱਟਣਾ ਨਹੀਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਗਾਣਾ ਸ਼ੂਟ ਕਰਕੇ ਜੀ। ਸੋ ਰਾਈਟ ਨਾਓ ਆਪਾਂ ਪੌਣੇ ਕੁ ਘੰਟੇ 'ਚ ਬਾਅਦ ਗਿਆ ਟਰਾਂਟੋ। ਉਹ ਆ ਕੇ ਜੱਟ, ਆ ਕੇ ਜੱਟ ਬਿੱਲੋ ਰਾਣੀਏ, ਆਹੋ ਜੋ ਜੱਟ ਆਉਂਦੇ ਆ ਝਾੜੀ ਮੁੱਛਾਂ ਨੂੰ ਇਹ ਵੱਟ ਆਉਂਦੇ ਆ, ਮਤੈਂ ਚ ਤੇਲ ਪਾ ਕੇ ਘੱਟ ਆਉਂਦੇ ਆ, ਪਰ ਆਹੋ ਜੋ ਜੱਟ ਆਉਂਦੇ ਆ ਕੈਟਾ ਨਾ ਸੀਨ ਚਲੋ ਦੇਖਦੇ ਕੋਈ ਰੋਲ ਨੀ। ਤੇ ਕੱਲ ਆਪਾਂ ਇੱਕ ਗਾਣਾ ਲਿਖਿਆ, ਉਹਦੇ ਬਾਰੇ ਤੁਹਾਨੂੰ ਦੱਸਾਂਗੇ। We wrote a song together in 50 minutes. 50 ਮਿੰਟਾਂ ਦੀ ਕੈਂਪ ਸੀ ਗਾਣਾ। We could only finish 3 paragraphs. ਜਦ ਕਿਹੜਾ ਵੀ 3 ਪੈਰੇ ਲਿਖੇ, 3 ਪੈਰੇ ਲਿਖੇ ਨੇ, ਪਰ ਕਹਿੰਦਾ ਗਾਣਾ ਕਹਿੰਦਾ ਬਹੁਤ ਕਹਿੰਦਾ। ਤੇ ਜਲਦੀ ਹੀ ਤੁਹਾਨੂੰ ਹਿਪ ਹੌਪ ਬੀਟ ਸ਼ੋ ਤੁਹਾਨੂੰ ਗਾਣਾ ਮਿਲੂਗਾ। ਹਿਪ ਹੌਪ ਤੇ ਉਹਦੇ ਵਿੱਚ ਗੱਡੀਆਂ ਆਣੀਆਂ, ਜੰਪ ਵਾਲੀਆਂ, ਮਤਲਬ ਸਿਰਾ ਗਾਣਾ ਕੱਟਣਾ ਉਹ ਸਿਰਾ। ਜਦੋਂ ਇੰਡੀਆ ਜਾਵਾਂਗੇ ਉਦੋਂ ਆਪਾਂ ਪਲਾਨ ਬਣਾਉਣਾ, ਤੇ ਅੱਧਾ ਇੰਡੀਆ ਸ਼ੂਟ ਕਰਨਾ, ਅੱਧਾ ਟੋਰਾਂਟੋ 'ਚ ਕਰਨਾ। ਸੋ ਮੈਂ ਸਾਰਾ ਕੁਛ ਦੱਸਾਂਗੇ। ਕਮਾਈ ਹੈ ਤੈਨੂੰ ਗ੍ਰੈਫਿਟੀ ਐਲੀ, ਕਮਾ ਕੇ ਲਈ ਠੀਕ ਆ।
Next level. तौड़ा तौड़ा गा रहा है पर ग्रैफिटी वाली में नजारा है गोली वाला बदमाश कैसे मैं पूरी चोट तो बात बोलूंगा एक्शन तो कर दे नेम पूरी चोट तो बात बोलूंगा दिस इज गोली वाला बदमाश चमचा वाला कैन मारता हूं ना भाई ਜਦੋਂ ਗ੍ਰੈਫਿਟੀ ਵਾਲੀ ਤੁਹਾਨੂੰ ਕਿਵੇਂ ਲੱਗੀ ਕਈ ਲੋਕ ਇਹਨੂੰ ਵੈਂਡਲਿਜ਼ਮ ਵੀ ਕਹਿੰਦੇ ਆ ਵੀ ਸਾਡੀਆਂ ਪ੍ਰਾਪਰਟੀਆਂ ਖਰਾਬ ਕਰੀ ਜਾਂਦੇ ਆ ਪਰ ਹੁਣ ਟੋਰਾਂਟੋ ਦੇ ਵਿੱਚ ਇਹ ਕੰਮ ਹੁੰਦਾ ਵਾ ਪਰ ਹੁਣ ਇਹਨਾਂ ਨੇ ਕਿਹੜੀ ਜਗ੍ਹਾ ਹੀ ਆ ਜਿ
ਆ ਕਿਹੜੀ ਕਿਹੜੀ ਜਗ੍ਹਾ ਤੋਂ ਆ ਮੈਂ ਬਾਈ ਜਲੰਧਰ ਤੋਂ ਆ ਪਿੱਛੋਂ ਦੀ ਇੱਥੇ ਲੈਮਟਨ ਕਾਲਜ ਪੜਦਾ ਆ ਠੀਕ ਆ ਬਾਈ ਨਾ ਇੱਕਦਮ ਆਇਆ ਆਪਾਂ ਨੂੰ ਤਾਂ ਲੱਗਾ ਗੋਰਾ ਆ ਗਿਆ ਨਾ ਮੈਂ ਯਾਰ ਗੋਰੇ ਨੂੰ ਪੰਜਾਬੀ ਬੋਲਦਾ ਬਾਈ ਟੌਰ ਆ ਯਾਰ ਤੇਰੀ ਪੂਰੀ ਥੈਂਕ ਯੂ ਭਾਈ ਅੱਜ ਵੀ ਡਿਲੀਵਰੀ ਕਰ ਰਹੀ ਸੀ ਭਾਜੀ ਉਬਰ ਈਟਸ ਤੇ ਅੱਜ ਫੂਡ ਡਿਲੀਵਰੀ ਦੇਖ ਲੈ ਤੇਰਾ ਫੋਨ ਟੁੱਟ ਗਿਆ ਨਾ ਸਾਡੀ ਫੋਟੋ ਹੋਣੀ ਸੀ ਟੁੱਟੇ ਚ ਹੁਣੇ ਹੁਣੇ ਡਿਗਿਆ ਵਾ ਐਸੇ ਡਿਲੀਵਰੀ ਤੇ ਪੰਜਾਬੀ ਕੋਈ ਚੱਲਿਆ ਵਿਕਰਮ ਸਿੰਘ ਨਾਮ ਆ ਜਿਹਦੇ ਕੋਈ ਚੱਲਿਆ ਹੁਣ ਅੱਛਾ ਅੱਛਾ ਫੂਡ ਨਾ ਠੰਡਾ ਕਰਦੀ ਉਹ ਤਾਂ ਸਾਨੂੰ ਗਾਲਾਂ ਕੱਢੂਗਾ ਚੱਲ ਵੀਰੇ ਤੇਰੇ ਵੀਰੇ ਨੂੰ ਵੀ ਯਾਰ ਥੈਂਕ ਯੂ ਹਣਾ ਓਕੇ ਭਾਈ ਸਤਿ ਸ਼੍ਰੀ ਅਕਾਲ ਓਕੇ ਵੀਰੇ ਸਤਿ ਸ਼੍ਰੀ ਅਕਾਲ ਆਏ ਹੁੰਦੀਆਂ ਨੇ ਮਿਹਨਤ ਤਕੜਾ ਕਰਦੇ ਦੇਖ ਪਛਾਣਦਾ ਐ ਵਧੀਆ ਆਸ ਬੈਸੀ ਆਪਣੀ ਵੀਡੀਓ ਪਈ ਆ ਇੰਸਟਾਗ੍ਰam ਤੇ ਜਾ ਕੇ ਦੇਖਣੀ ਹੋਵੇ ਸਟੋਰੀਆਂ ਚ ਪਈ ਆ ਸੇਵ ਕੀਤੀ ਹੋਈ ਤੇ ਅਸੀਂ ਹੁਣ ਹਾਰਬਰ ਫਰੰਟ ਆਏ ਸੀ ਆਵਾਜ਼ ਲਈ ਤੇ ਅਸੀਂ ਥੱਕ ਚੁੱਕਿਆ ਉਹਨਾਂ ਦੀ ਵੀਡੀਓ ਬਣਾਉਣ ਨਾ ਬਣਾਉਣ ਦੇ ਬਹਾਨੇ ਲੱਭ ਰਹੇ ਆ ਕਦੇ ਕਹਿ ਦਿੰਦੇ ਨੇ ਹੁਣ ਬਸ ਅਸੀਂ ਗੱਡੀ ਕੋਲ ਚੱਲਦੇ ਹਾਂ ਪਹਿਲਾਂ ਚਾਹ ਪੀਣਾ ਮੇਰਾ ਗਲਾ ਬਹੁਤ ਖਰਾਬ ਹੋ ਗਿਆ ਉੱਚੀ ਉੱਚੀ ਗਾਈ ਜਾਂਦੇ ਸੀਗਾ ਗਾਣੇ ਦੀ ਲੈਣ ਤੋਂ ਸੁਣਾਈ ਜਾਵੇ ਕਿ ਨਹੀਂ ਹਾਲੇ ਨੀ ਦੇਖਿਓ ਬਾਕੀ ਤੁਹਾਨੂੰ ਦੱਸਾਂਗੇ ਜਿਵੇਂ ਜਿਵੇਂ ਹੁੰਦਾ ਹੁਣ ਚੱਲੀ ਗਿਆ ਯਾਰ ਬਸ ਓਕੇ ਜੀ ਬੈਟਰੀ ਡੈਡ ਆ ਜਮੀ ਬਾਏ 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 ਲਵ ਯੂ ਟੇਕ ਕੇਅਰ ਬਾਏ ਬਾਏ ਮੈਂ ਵੀ ਆ ਜਾਵਾਂ ਹਾਂ